सत श्री अकाल दोस्तों, मैं तुहाडी अपनी अंजू, तुसी देख रहे हो पंजाब टीवी। लुधियाना विखे रोजगार मेले च पहुंचे कैबिनेट मंत्री चरणजीत सिंह चन्नी ने विरोधियों ते शब्दी तीर चलाए। चन्नी ने उत्थे ही हाईवे दा निर्माण करवाउण दे दावे कीते। सुखवीर बादल नूं खरियां खरियां सुनाईयां, उत्थे ही आप आगू सुखपाल खहरा नूं निशाने ते लिया। गल करदा तां सड़कां दी गल कर लग जांदा यार, इह नैशनल हाईवे है, इह केंद्र सरकार ने बनाए है, समझ जा गल नूं। ਤੁਸੀਂ ਮੈਨੂੰ ਦੱਸੋ ਕਿ ਕਿਹੜੀ ਤੁਸੀਂ ਲਿੰਕ ਰੋਡ ਵੀ ਬਣਾਈ ਹੈ ਪਿਛਲੇ 10 ਸਾਲਾਂ ਦੇ ਵਿੱਚ? ਕੋਈ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਦੇ ਵਿੱਚ ਨਹੀਂ ਕੀਤਾ, ਸਿਰਫ ਲਿਫਾਫੇਬਾਜ਼ੀ ਔਰ ਝੂਠ ਬੋਲਦੇ ਹੈ। ਕੋਈ ਇਹਨਾਂ ਦਾ ਏਜੰਡਾ ਨਹੀਂ ਸੀ ਵਿਕਾਸ ਦਾ। ਜੇ ਵਿਕਾਸ ਹੋਇਆ ਪੰਜਾਬ ਦੇ ਵਿੱਚ ਤਾਂ ਬਾਦਲ ਪਰਿਵਾਰ ਦਾ ਹੋਇਆ, ਉਹਨਾਂ ਦੇ ਰਿਸ਼ਤੇਦਾਰਾਂ ਦਾ ਹੋਇਆ। ਕਿਸੇ ਤਰ੍ਹਾਂ ਵੀ ਪੰਜਾਬ ਦਾ ਵਿਕਾਸ ਨਹੀਂ ਹੋਇਆ। ਸੁਖਪਾਲ ਖਹਿਰਾ ਨੂੰ ਕਿਸੇ ਤਰ੍ਹਾਂ ਵੀ ਕਾਨੂੰਨ ਅਲਾਓ ਨਹੀਂ ਕਰਦਾ ਕਿ ਉਹ ਝੰਡੀ ਲਾ ਕੇ ਆਵੇ। ਮੈਂ ਤੁਹਾਨੂੰ ਦੱਸਦਾ, ਉਹ VIP ਕਲਚਰ ਵਿੱਚ ਜੀਣਾ ਸਿੱਖਿਆ ਹੋਇਆ ਅਤੇ VIP ਕਲਚਰ ਨੂੰ ਅੱਗੇ ਵਧਾ ਰਿਹਾ, ਜਿਹੜੀ ਕਿ ਉਹਦੀ ਪਾਰਟੀ ਦੀ ਆਈਡੀਓਲੋਜੀ ਵੀ ਨਹੀਂ ਹੈ। ਜਿਹੜਾ ਓਪੋਜੀਸ਼ਨ ਲੀਡਰ, ਮੈਂ ਵੀ ਓਪੋਜੀਸ਼ਨ ਰਿਹਾ, ਬਾਦਲ ਸਾਹਿਬ ਵੀ ਰਹੇ ਆ, ਬੀਬੀ ਭੱਠਲ ਵੀ ਰਹੇ, ਅਸੀਂ ਕਦੇ ਝੰਡੀ ਲਾ ਕੇ ਨਹੀਂ ਘੁੰਮੇ। ਅਸੀਂ ਇਸ ਤਰ੍ਹਾਂ ਦੀ ਜਿਹੜਾ ਸਰਕਾਰ ਦਾ ਐਮਬਲਮ ਹੈ, ਸ਼ੇਰ ਦਾ ਨਿਸ਼ਾਨ ਹੈ, ਅਸੀਂ ਲਾ ਕੇ ਨਹੀਂ ਘੁੰਮੇ, ਕਿਉਂਕਿ ਸਾਨੂੰ ਉਸ ਦੀ ਕਾਨੂੰਨ ਵੱਲੋਂ ਮਾਨਤਾ ਪ੍ਰਾਪਤ ਨਹੀਂ ਸੀ। ਜਿਹੜੀ ਚੀਜ਼ ਤੁਹਾਨੂੰ ਅਲਾਊਡ ਹੀ ਨਹੀਂ ਹੈ, ਉਹ ਤੁਸੀਂ ਝੰਡੀਆਂ ਲਾ ਕੇ ਘੁੰਮਦੇ ਹੋ, ਛੇਰ ਲਗਾ ਕੇ ਘੁੰਮਦੇ ਹੋ, ਤੁਸੀਂ ਕਿਆ ਸਾਬਤ ਕਰਨਾ ਚਾਹੁੰਦੇ ਹੋ? ਕਿਉਂ ਕਾਨੂੰਨ ਤੋੜਦੇ ਹੋ? ਇਸ ਕਰਕੇ ਇਹਨਾਂ ਦਾ ਕਿਤੇ ਵੀ ਚਲਾਣ ਹੋ ਸਕਦਾ, ਇਹਨਾਂ ਨੂੰ ਲੋਕ ਕਿਤੇ ਵੀ ਵੱਟੇ ਮਾਰ ਸਕਦੇ ਆ, ਕਿਉਂਕਿ ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਕਿ ਫੁਕਰਾਗਰਦੀ ਕੀਤੀ ਜਾਵੇ। ਇਸ ਦੇ ਨਾਲ ਹੀ ਚੰਨੀ ਨੇ ਨਵਜੋਤ ਸਿੱਧੂ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ।